22 ਸਾਲਾ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਬਣੀ ਖਿੱਚ ਦਾ ਕੇਂਦਰ। ਸੂਬੇ ਭਰ ਵਿੱਚ ਜਿੱਥੇ ਰਵਾਇਤੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਖੜੇ ਕਰਕੇ ਉਹਨਾਂ ਨੂੰ ਉੱਪਰ ਚੁੱਕਿਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਪਿੰਡ ਥੋਹੀ ਵਿਖੇ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਚੋਣ ਮੈਦਾਨ ਵਿੱਚ ਸਭ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਬੂਥ 'ਤੇ ਲੜਕੀਆਂ ਹੀ ਪੋਲਿੰਗ ਏਜੰਟ ਹਨ। ਇਹਨਾਂ ਦਾ ਕਹਿਣਾ ਹੈ ਕਿ ਉਹ ਪਿੰਡ ਦਾ ਵਿਕਾਸ ਕਰਵਾਉਣਗੇ। ਇਸ ਮੌਕੇ 'ਤੇ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਅਤੇ ਪੋਲਿੰਗ ਏਜੰਟ ਕਮਲਜੀਤ ਕੌਰ ਨੇ ਕਿਹਾ। ਸਰ, ਬਲਾਕ ਸੰਮਤੀ ਦੇ ਵਿੱਚ ਖੜਨ ਦਾ ਮੇਨ ਇੱਕ ਤਾਂ ਮੇਨ ਮੁੱਦਾ ਵੀ ਅਸੀਂ ਪਿੰਡਾਂ ਲਈ ਪਿੰਡ ਬਚਾਉਣੇ ਆ। ਮੇਨ ਸਾਡਾ ਵੀ ਪਾਰਟੀਬਾਜ਼ੀ ਖਤਮ ਕਰਨੀ ਹੈ ਪਿੰਡਾਂ ਦੇ ਵਿੱਚੋਂ। ਮੇਨ ਮੁੱਦਾ ਇਹ ਆ ਵੀ ਅਸੀਂ ਨੇ ਮਤਲਬ ਕਿ ਗੱਲ ਕੀਤੀ ਸੀ ਸਾਰੀਆਂ ਪਾਰਟੀਆਂ ਨਾਲ ਵੀ ਤੁਸੀਂ ਇੱਕ ਬੰਦਾ ਖੜਾ ਕਰੋ, ਆਪਾਂ ਨੇ ਪਿੰਡ ਬਚਾਉਣੇ ਆ, ਸਾਂਝਾ ਬੰਦਾ ਖੜਾ ਕਰੋ, ਕਿਸੇ ਵੀ ਪਾਰਟੀ ਦਾ ਨਾ ਹੋਵੇ, ਪਿੰਡਾਂ ਦੇ ਵਿੱਚੋਂ ਇੱਕ ਬੰਦਾ ਇਲੈਕਸ਼ਨ ਲੜੇ, ਆਪਾਂ ਸਰਬਸੰਮਤੀ ਕਰਦੇ ਹਾਂ। ਪਰ ਮਤਲਬ ਇਹਦੇ ਲਈ ਕੋਈ ਵੀ ਪਾਰਟੀ ਰਾਜ਼ੀ ਨਹੀਂ ਹੈਗੀ ਸੀ, ਕਿਉਂਕਿ ਕੋਈ ਵੀ ਪਾਰਟੀ ਨਹੀਂ ਚਾਹੁੰਦੀ ਵੀ ਸਾਡੀ ਪਾਰਟੀ ਮਰੇ। ਫਿਰ ਤਾਂ ਕਰਕੇ ਸਾਨੂੰ ਮੈਨੂੰ ਬਲਾਕ ਸੰਮਤੀ ਚੋਣ ਲੜਨੀ ਪਈ। ਦੂਜਾ ਕਾਰਨ ਇਹਦਾ ਇਹ ਆ, ਜਿਹੜੀਆਂ ਆਪਣੀਆਂ ਗ੍ਰਾਮ ਸਭਾਵਾਂ ਜਿਹੜੀਆਂ ਮਰੀਆਂ ਹੋਈਆਂ ਨੇਗੀਆਂ ਅੱਜ ਤੱਕ, ਜਿਹੜੀ ਕਿਸੇ ਦੇ ਪਿੰਡ ਦੇ ਵਿੱਚ ਲਾਗੂ ਨਹੀਂ ਹੋਈ ਹੈਗੀ ਪ੍ਰੋਪਰ ਤਰੀਕੇ ਨਾਲ, ਅਗਰ ਮੈਂ ਜਿੱਤਦੀ ਹਾਂਗੀ ਤਾਂ ਮਤਲਬ ਉਹਨੂੰ ਦਿਲੋਂ ਤਨੋਂ ਮਨੋ ਅਸੀਂ ਗ੍ਰਾਮ ਸਭਾਵਾ 6 ਪਿੰਡਾਂ ਦੇ ਵਿੱਚ ਪੂਰੀ ਮਤਲਬ ਸਿੱਧਤ ਦੇ ਨਾਲ ਉਹਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਉਹਨੂੰ ਮਤਲਬ ਸਰਪੰਚਾਂ ਨੂੰ ਨਾਲ ਲੈ ਕੇ, ਅਗਰ ਸਰਪੰਚ ਨਹੀਂ ਵੀ ਮੰਨਦੇ, ਅਗਰ ਉਹ ਕਿਸੇ ਪਾਰਟੀਬਾਜ਼ੀ ਦੇ ਪ੍ਰੈਸ਼ਰ 'ਚ ਆਉਂਦੇ ਨੇ, ਉਹ ਨਹੀਂ ਮੰਨਦੇ ਇਸ ਕਰਨ ਲਈ, ਤਾਂ ਅਸੀਂ ਖੁਦ ਉਸ ਲਈ ਮਤਲਬ ਆਪਣੇ ਕਦਮ ਚੱਕਾਂਗੇ ਵੀ ਪਿੰਡ ਨੂੰ ਇਕੱਠਾ ਕੀਤਾ ਜਾਵੇ ਅਤੇ ਗ੍ਰਾਮ ਸਭਾ ਕੀਤੀ ਜਾਵੇ ਅਤੇ ਜਿਹੜੇ ਪਿੰਡ ਦੇ ਜੋ ਵੀ ਕੰਮ ਹੈ, ਚਾਹੇ 5 ਮਰਲੇ ਦੇ ਪਲਾਟ ਨੇ, ਮਨਰੇਗਾ ਦਾ ਕੰਮ ਹੈ, ਮਤਲਬ ਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਮਨਰੇਗਾ ਦੇ ਵਿੱਚ ਕੰਮ, ਉਹਨੂੰ 100 ਦਿਨ ਦਾ ਰੁਜ਼ਗਾਰ ਗਰੰਟੀ ਕੀਤਾ ਜਾਵੇ ਅਤੇ ਉਹਨਾਂ ਲਈ ਗ੍ਰਾਮ ਸਭਾ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਅਤੇ ਉਹਨਾਂ ਦਾ ਮਤਾ ਪਾਇਆ ਜਾਏਗਾ ਅਤੇ ਉਹ ਮਤਾ ਮਤਲਬ ਕਿ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਏਗਾ। ਮਤਲਬ ਬਾਕੀ ਪਾਰਟੀਆਂ ਨੂੰ ਤਾਂ ਮੈਂ ਮਤਲਬ ਇੱਦਾਂ ਗਾ ਵੀ ਉਹਨਾਂ ਦਾ ਪਾਰਟੀਬਾਜ਼ੀ ਦਾ ਪ੍ਰੈਸ਼ਰ ਹੈ, ਪਰ ਮੈਂ ਆਪਣੀ ਇੱਕ ਜਿਹੜੀ ਮੁਹਿੰਮ ਆ ਪਿੰਡ ਬਚਾਓ ਪੰਜਾਬ ਬਚਾਓ, ਜਿਹਦੇ ਵਿੱਚ ਸਾਨੂੰ 5 ਸਾਲ ਹੋ ਗਏ ਕੰਮ ਕਰਦਿਆਂ ਨੂੰ, ਉਸਦੇ ਮਤਲਬ ਨਜ਼ਰੀਏ ਦੇ ਵਿੱਚ ਮੈਂ ਉਹਨਾਂ ਪਾਰਟੀਆਂ ਦੇ ਮਤਲਬ ਕਿ ਟੱਕਰ ਦੇਣ ਦੇ ਵਿੱਚ ਮਤਲਬ ਕਿ ਮੈਂ ਸਫਲ ਹੋਊਂਗੀ ਮੈਨੂੰ ਲੱਗਦਾ, ਕਿਉਂਕਿ ਉਹਨਾਂ ਨੇ 70 ਸਾਲ ਹੋ ਗਏ ਕੰਮ ਕਰਦਿਆਂ ਨੂੰ। ਅਗਰ 70 ਸਾਲਾਂ ਦੇ ਵੀ 70 ਕੰਮ ਵੀ ਕੀਤੇ ਹੁੰਦੇ ਤਾਂ ਹੁਣ ਨੂੰ ਪਿੰਡ ਦੀ ਰੂਹ ਕੁਛ ਹੋਰ ਹੋਣੀ ਸੀ, ਤੁਸੀਂ ਦੇਖਿਆ ਹੀ ਹੈ, ਤਾਂ ਸਾਨੂੰ ਅੱਜ ਖੜਨ ਦੀ ਇੱਥੇ ਲੋੜ ਵੀ ਨਹੀਂ ਹੋਣੀ ਸੀ ਮੇਰੇ ਖਿਆਲ 'ਚ। ਪਰ ਸਾਨੂੰ ਉਹਨਾਂ ਨੂੰ ਦੇਖਦੇ ਹੋਏ ਮਤਲਬ ਪਾਰਟੀਬਾਜ਼ੀ ਕੋਈ ਕੰਮ ਨਹੀਂ ਕਰ ਰਹੀ, ਤਾਂ ਸਾਨੂੰ ਆਹ ਇੱਥੇ ਖੜਨਾ ਪਿਆ। ਅਤੇ ਅਗਰ ਮੈਂ 22 ਸਾਲ ਦੀ ਕੁੜੀ ਇਹ ਚੀਜ਼ ਸਮਝ ਸਕਦੀ ਹੈਗੀ ਤਾਂ ਉਹ ਮਤਲਬ ਕਿ ਹੁਣ 60-70 ਸਾਲਾਂ ਦੇ ਵਿੱਚੋਂ ਇਹ ਚੀਜ਼ ਕਿਉਂ ਨਹੀਂ ਸਮਝੀ। ਸਟੱਡੀ ਤਾਂ ਮੈਂ ਮਤਲਬ ਪਹਿਲਾਂ ਐਮ ਏ ਇਕਨੋਮਿਕਸ ਕੰਪਲੀਟ ਕੀਤੀ ਹੈ, ਹੁਣ ਮੈਂ ਯੂਨੀਵਰਸਿਟੀ ਜਰਨਲਿਜ਼ਮ ਕਰ ਰਹੀ ਹੈਗੀ। ਅਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਪਿੰਡ ਦੇ ਵਿੱਚ ਵੀ ਮਤਲਬ ਮਨਰੇਗਾ ਲਈ ਜਦੋਂ ਜਹਿਦ ਕਰਦੇ ਹਾਂਗੇ, ਕਿਰਤੀ ਜਿਹੜੇ ਕਾਮੇ ਨੇਗੇ, ਜਿਹੜੀ ਇੱਕ ਆਪਣਾ ਬੋਰਡ ਬਣਿਆ ਹੋਇਆ ਗਾ ਹੈ ਨਾ, ਕੰਸਟਰਕਸ਼ਨ ਬੋਰਡ, ਉਹਦੇ ਵਿੱਚ ਉਹਨਾਂ ਨੂੰ ਰਜਿਸਟਰ ਕਰਵਾ ਕੇ ਉਹਨਾਂ ਨੂੰ ਜਿੰਨੀਆਂ ਵੀ ਸਕੀਮਾਂ ਨੇ ਉਹਨਾਂ ਨੂੰ ਇਕੱਠ ਕਰਕੇ ਉਹਨਾਂ ਬਾਰੇ ਜਾਣਕਾਰੀ ਦਿੰਦੇ ਹਾਂਗੇ। ਅਗਰ ਉਹਨਾਂ ਨੂੰ ਨਹੀਂ ਵੀ ਕੁਛ ਪਤਾ ਲੱਗਦਾ, ਅਸੀਂ ਖੁਦ ਵੀ ਉਹਨਾਂ ਤੋਂ ਮਤਲਬ ਫਾਰਮ ਭਰ ਕੇ ਦਿੰਦੇ ਹਾਂਗੇ। ਅਸੀਂ ਉਸਦੇ ਵਿੱਚ ਆਪਦੇ ਪਿੰਡ ਦੇ ਵਿੱਚ ਉਹਨਾਂ ਨੂੰ ਮਤਲਬ ਫਾਰਮ ਭਰ ਕੇ ਦਿੱਤੇ ਅਤੇ ਉਹ ਸਾਡੇ ਨਾਲ ਜਾਂਦੇ ਨੇ, ਖੁਦ ਫਾਰਮ ਸਬਮਿਟ ਕਰਾ ਕੇ ਆਉਂਦੇ ਨੇ ਨਾਲ ਜਾ ਕੇ। ਉਸਦੇ ਵਿੱਚ ਉਹਨਾਂ ਨੂੰ ਮਤਲਬ ਇਸ 2 ਸਾਲਾਂ ਦੇ ਵਿੱਚ 32 ਲੱਖ ਰੁਪਇਆ ਆ ਚੁੱਕਿਆ ਗਾ, ਜਿਹੜੇ ਮਤਲਬ ਕਿ ਮਜ਼ਦੂਰ ਵਰਗ ਆ ਜਿਹੜਾ ਮਤਲਬ ਕਿ ਉਹ ਸਾਡੇ ਨਾਲ ਖੜਾ ਗਾ। ਅਤੇ ਅਸੀਂ ਮਜ਼ਦੂਰ ਵਰਗ ਦੇ ਇਕੱਠ ਮੈਨੂੰ ਉਹਨਾਂ ਨੇ ਮਤਲਬ ਇੱਕ ਹੌਂਸਲਾ ਦਿੱਤਾ ਵੀ ਹਾਂ ਤੁਹਾਨੂੰ ਇਹ ਚੋਣ ਲੜਨੀ ਚਾਹੀਦੀ ਹੈਗੀ, ਮੈਂ ਤਾਂ ਉਹ ਕਾਰਨ ਵੀ ਇੱਕ ਦੂਜਾ ਮੈਂ ਇੱਥੇ ਖੜੀ ਹਾਂ। ਅਤੇ ਸਾਡੇ ਜਿਹੜੇ ਕੈਂਡੀਡੇਟ ਨੇ ਆਜ਼ਾਦ ਉਮੀਦਵਾਰ ਨੇ, ਅਤੇ ਅੰਦਰ ਬੈਠਣ ਵਿੱਚ ਵਧੀਆ ਸ਼ਲਾਘਾਯੋਗ ਕੰਮ ਜੀ ਕੁੜੀਆਂ ਨੂੰ, ਜਿਕਣ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੁੜੀਆਂ ਕਿਸੇ ਕੰਮ 'ਚ ਪਿੱਛੇ ਨਹੀਂ, ਤਾਂ ਇਸੇ ਲਈ ਸਾਡੀ ਪਹਿਲੀ ਇਹੀ ਸੀ, ਤਾਂ ਹੀ ਅਸੀਂ ਆਜ਼ਾਦ ਕੈਂਡੀਡੇਟ ਇਸੇ ਲਈ ਖੜਵਾਏ ਜੀ, ਤਾਂ ਕਿ ਜਿਹੜੇ ਧੱਕਾ ਹੋ ਰਿਹਾ ਗਰੀਬਾਂ ਨਾਲ ਉਹ ਧੱਕਾ ਬੰਦ ਹੋ ਸਕੇ ਅਤੇ ਜਿਹੜੇ ਸਾਡੇ ਰਾਈਟਸ ਨੇ ਉਹ ਸਾਨੂੰ ਮਿਲ ਸਕਣ। ਕਿੰਨੇ ਕੁ ਤੁਹਾਡੇ ਨਾਲ ਜੁੜੇ ਹੋਏ ਨੇ ਕੁੜੀਆਂ ਜਾਂ ਲੇਡੀਜ਼? ਇਹ ਕੁੜੀ ਸਾਡੇ ਨਾਲ ਆਲਮੋਸਟ ਹੀ ਕੁੜੀਆਂ ਜਿੰਨੇ ਵੀ ਅਸੀਂ ਪੜ੍ਹਦੇ ਹਾਂ, ਇਹ ਕੰਮ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ। ਪਹਿਲਾਂ ਸਾਡਾ ਇਹ ਵੋਟਾਂ ਜਾਣੀ ਇਲੈਕਸ਼ਨ ਦੇ ਵਿੱਚ ਕੋਈ ਇੰਟਰਸਟ ਨਹੀਂ ਸੀ, ਪਰ ਜਿਵੇਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੇ ਦੌਰ ਨੇ, ਰਾਈਟਸ ਲੈਣ ਲਈ ਕੁਛ ਤਾਂ ਕਰਨਾ ਪੈਂਦਾ, ਥੋੜ੍ਹਾ ਮੋਟਾ ਤਾਂ ਲੜਨਾ ਪੈਂਦਾ। ਇਸ ਲਈ ਸਾਡੇ ਨਾਲ ਕੁੜੀਆਂ ਤੋਂ ਲੈ ਕੇ ਬੁੜੀਆਂ ਬੀਬੀਆਂ ਜਾਣੀ, ਭਾਈ ਬੱਚੇ ਵੀਰ ਸਾਰੇ ਸਾਡੇ ਨਾਲ ਜੁੜੇ ਹੋਏ ਨੇ। ਅਤੇ ਜਿੰਨੇ ਵੀ ਇੱਥੋਂ ਦੀਆਂ ਕੁੜੀਆਂ ਨੇ ਪੜ੍ਹੀਆਂ ਲਿਖੀਆਂ, ਉਹ ਸਾਡੇ ਨਾਲ ਬਹੁਤ ਨਹੀਂ, ਕਾਫੀਆਂ ਦੀ ਮੈਰਿਜ ਹੋ ਗਈ, ਉਹ ਹੁਣ ਵੀ ਸਾਡੇ ਨਾਲ ਜੁੜੀਆਂ ਹੋਈਆਂ ਨੇ ਇਹ ਕੰਮ 'ਚ। ਤੁਹਾਨੂੰ ਲੱਗਦਾ ਮੁਸ਼ਕਲ ਆਊਗੀ ਅਕਾਲੀ ਦਲ ਖੜਾ ਹੈਗਾ, ਬੀਜੇਪੀ, ਕਾਂਗਰਸ ਤੇ ਆਪ ਪਾਰਟੀ? ਜਦੋਂ ਇਹ ਕੈਂਡੀਡੇਟ ਕਿਸੇ ਪਾਰਟੀ ਦਾ ਹੋਵੇ, ਜਦੋਂ ਖੜਦੇ ਨੇ ਜਿੱਤ ਹਾਰ ਤਾਂ ਬਣੀ ਹੋਈ ਹੁੰਦੀ ਆ, ਅਸੀਂ ਕਿਸੇ ਨੂੰ ਨੀਚਾ ਦਿਖਾਉਣ ਲਈ ਨਹੀਂ ਖੜੇ, ਅਸੀਂ ਸਿਰਫ ਆਪਣੇ ਰਾਈਟਸ ਮੰਗਣੇ ਨੇ ਅਤੇ ਉਹ ਸਾਨੂੰ ਇਸੇ ਲਈ ਮਿਲ ਸਕਦੇ ਨੇ ਜੇ ਸਾਡੇ ਕੋਲ ਥੋੜ੍ਹੀ ਜਿਹੀ ਪਾਵਰ ਹੋਊਗੀ। ਆਪਾਂ ਨੂੰ ਸਭ ਨੂੰ ਪਤਾ ਹੀ ਹੈ ਜੀ, ਜੇ ਥੋੜ੍ਹੀ ਜਿਹੀ ਪਾਵਰ ਹੱਥ 'ਚ ਹੋਵੇ ਆਪਣੇ ਕੰਮ ਆਸਾਨੀ ਨਾਲ ਹੋ ਸਕਦੇ ਨੇ। ਸਾਡਾ ਜਿਹੜਾ ਮੇਨ ਟੀਚਾ ਇਹੀ ਹੈ ਜੀ ਇਸ ਚੀਜ਼ ਦਾ, ਇਸ ਲਈ ਅਸੀਂ ਆਜ਼ਾਦ ਉਮੀਦਵਾਰ ਖੜਾਇਆ, ਤਾਂ ਕਿ ਜਿਹੜੇ ਸਾਡੇ ਰਾਈਟਸ ਨੇ ਸਾਨੂੰ ਉਹ ਸਿੱਧੇ ਤਰੀਕੇ ਨਾਲ ਮਿਲ ਸਕਣ, ਕਿਉਂਕਿ ਲੜਾਈ ਝਗੜੇ ਤੋਂ ਬਿਨਾਂ ਜੇਕਰ ਕੰਮ ਰੂਲ ਦੇ ਮੁਤਾਬਿਕ ਹੋ ਸਕੇ ਤਾਂ ਉਸ ਤੋਂ ਬਿਹਤਰ ਕੋਈ ਗੱਲ ਨਹੀਂ ਹੁੰਦੀ।